ਹੈਲੋ ਮਾਈ ਡੀਅਰ ਸਟੂਡੈਂਟਸ ਵੈਰੀ ਵਮਬਲ ਕਮ ਟੂ ਆਲ ਆਫ ਯੂ ਐਂਡ ਮਾਈ ਚੈਨਲ ਲੈਸਨਸ ਆਫ ਲਾਈਫ ਮੈਂ ਹਾਂ ਤੁਹਾਡੀ ਟੀਚਰ ਗੁਰਪ੍ਰੀਤ ਕਰਤਾਰੀਵਾਲ ਤੇ ਅੱਜ ਅਸੀਂ ਮਹਾਤਮਾ ਗਾਂਧੀ ਜੀ ਦੇ ਬਚਪਨ ਦੀਆਂ ਕੁਝ ਘਟਨਾਵਾਂ ਪੜਨ ਜਾ ਰਹੇ ਹਾਂ ਜਿਹੜੀਆਂ ਕੇ ਲਈਆਂ ਗਈਆਂ ਨੇ ਉਹਨਾਂ ਦੀ ਜਿਹੜੀ ਆਟੋ ਬਾਇਓਗ੍ਰਾਫੀ ਸੀ ਉਹਦੇ ਵਿੱਚੋਂ ਹਾਂਜੀ ਤੇ 8ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਦੇ ਵਿੱਚ ਲੈਸਨਾ ਚਾਈਲਡਹੂਡ ਠੀਕ ਉਹਦੇ ਵਿੱਚ ਦਰਜ ਨੇ ਲੈਟਸ ਰੀਡ ਗਾਂਧੀ ਜੀ ਦਾ ਦੱਸਦੀ ਹੈ ਕਿ ਜਨਮ ਆ ਜਿਹੜਾ 2 ਅਕਤੂਬਰ 1869 ਇਸਵੀ ਨੂੰ ਹੋਇਆ ਪੋਰਬੰਦਰ ਵਿਖੇ ਠੀਕ ਹੈ ਜਿਹਨੂੰ ਅਸੀਂ 2 ਤਰੀਕ ਨੂੰ ਗਾਂਧੀ ਜਨਮ ਦਿਨ ਮਨਾਉਂਦੇ ਹਾਂ ਹਰ ਇੱਕ ਸਾਲ ਹਾਂਜੀ ਫਸਟ ਆਫ ਆਲ ਮੈਂ ਪੜ੍ਹਦੇ ਆ ਇਸ ਲੈਸਨ ਬਾਰੇ ਦਿੱਤਾ ਹੋਇਆ ਥਿਸ ਲੈਸਨ ਇਜ਼ ਐਨ ਐਕਸਟ੍ਰੈਕਟ ਫਰੋਮ ਗਾਂਧੀ ਜੀਜ਼ ਆਟੋ ਬਾਇਓਗ੍ਰਾਫੀ ਟਾਈਟਲਡ The story of my experiment with truth. Here he describes some incidents of his childhood. Gandhi was then about 12 years old. The incident he described had a deep impression on his young mind. Read these incidents and think how different Gandhi was from other children of his age. The text has been slightly simplified. ਹਾਂਜੀ ਕੀ ਕਿਹਾ ਗਿਆ ਕਹਿੰਦੇ ਜਿਹੜਾ ਤੁਸੀਂ ਲੈਸਨ ਪੜ੍ਹ ਰਹੇ ਹੋ ਉਹ ਗਾਂਧੀ ਜੀ ਦੀ ਆਟੋ ਬਾਇਓਗ੍ਰਾਫੀ ਸਵੈ ਜੀਵਨੀ ਦੇ ਵਿੱਚੋਂ ਜਿਹਦਾ ਨਾਮ ਸੀਗਾ ਕਹਾਣੀ ਮੇਰੀ ਸੱਚ ਨਾਲ ਤਜਰਬਿਆਂ ਦੀ ਹੈ ਨਾ ਉਹਦੇ ਵਿੱਚੋਂ ਲਿਆ ਗਿਆ ਹੈ ਤੇ ਇੱਥੇ ਉਹਨਾਂ ਨੇ ਕੁਝ ਆਪਣੇ ਬਚਪਨ ਦੀ ਇੱਕ ਡਰਾਮਾ ਬਿਆਨ ਕੀਤੀਆਂ ਨੇ ਜਦੋਂ ਗਾਂਧੀ ਜੀ 12 ਸਾਲਾਂ ਦੇ ਸੀ ਉਹ ਆਪਣੀਆਂ ਇਹਨਾਂ ਘਟਨਾਵਾਂ ਵਿੱਚ ਦੱਸਦੇ ਨੇ ਕਿ ਇਹਨਾਂ ਘਟਨਾਵਾਂ ਨੇ ਉਹਨਾਂ ਦੇ ਮਨ ਤੇ ਕਿੰਨਾ ਡੂੰਘਾ ਅਸਰ ਪਾਇਆ ਜਦੋਂ ਉਹ ਜਵਾਨ ਸੀ ਕਹਿੰਦੇ ਇਹਨਾਂ ਘਟਨਾਵਾਂ ਨੂੰ ਪੜੋ ਸੋਚੋ ਜਦੋਂ ਗਾਂਧੀ ਜੀ ਆਪਣੀ ਏਜ ਦੇ ਬੱਚਿਆਂ ਨੂੰ ਕਿਵੇਂ ਅਲੱਗ ਦੇ ਸੀਗੇ ਇਹ ਟੈਕਸ ਆ ਜਿਹੜੀ ਤੁਹਾਡੇ ਸੌਖ ਲਈ ਥੋੜੀ ਸਿੰਪਲੀਫਾਈ ਕੀਤੀ ਗਈ ਆ ਠੀਕ ਚਲੋ ਲੈਸਨ ਸਟਾਰਟ ਕਰਦੇ ਹਾਂ ਹੁਣ ਆਪਾਂ ਬੇਟਾ ਆਈ ਮਸਟ ਹੈਵ ਬੀਨ ਅਬਾਊਟ 7 ਵੈਨ ਮਾਈ ਫਾਦਰ ਲੇਫਟ ਬੀ ਵੰਡਰਫੁਲ ਰਾਇਲ ਕੋਰਟ ਟੂ ਬੀਕਮ ਅ ਮੈਂਬਰ ਆਫ ਦ ਰਾਇਲ ਕੋਰਟ ਕਹਿੰਦੇ ਗਾਂਧੀ ਜੀ ਕਹਿ ਰਹੇ ਨੇ ਕਿ ਕਿਉਂਕਿ ਉਹਨਾਂ ਦੀ ਆਟੋ ਬਾਇਓਗ੍ਰਾਫੀ ਚੁਲੀ ਆ ਗਿਆ ਤਾਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਮੇਰੀ ਉਮਰ ਉਸ ਸਮੇਂ ਲਗਭਗ 7 ਸਾਲ ਦੀ ਹੋਵੇਗੀ ਜਦੋਂ ਮੇਰੇ ਪਿਤਾ ਜੀ ਨੇ ਦਰਬਾਰ ਦਾ ਰਾਇਲ ਕੋਰਟ ਦਾ ਮੈਂਬਰ ਬਣਨ ਲਈ ਪੋਰਬੰਦਰ ਛੱਡ ਕੇ ਰਾਜਕੋਟ ਆ ਗਏ ਸੀ ਉਹ ਦੇਅਰ ਆਈ ਵਾਸ ਪੁਟ ਇਨਟੂ ਅ ਪ੍ਰਾਇਮਰੀ ਸਕੂਲ ਜਿੱਥੇ ਮੈਨੂੰ ਇੱਕ ਪ੍ਰਾਇਮਰੀ ਸਕੂਲ ਵਿੱਚ ਪੜਨ ਪਾਇਆ ਗਿਆ ਆਈ ਕੈਨ ਵੈਲ ਰਿਕੋਲੈਕਟ ਦਾ ਨੇਮਸ ਐਂਡ ਦਾ ਅਦਰ ਪਾਰਟਿਕੂਲਰਸ ਆਫ ਦਾ ਟੀਚਰਸ ਹੂ ਟੌਟ ਮੀ ਕਦੇ ਮੈਨੂੰ ਚੰਗੀ ਤਰੀਕੇ ਨਾਲ ਯਾਦ ਆ ਮੈਂ ਯਾਦ ਕਰ ਸਕਦਾ ਕਿ ਜਿਹੜੇ ਮੇਰੇ ਪੜਾਉਣ ਵਾਲੇ ਟੀਚਰ ਸੀ ਉਹਨਾਂ ਦੇ ਨਾਂ ਤੇ ਹੋਰ ਵੇਰਵੇ ਮੈਨੂੰ ਯਾਦ ਨਹੀਂ ਕਹਿਣਾ ਮਤਲਬ ਆਈ ਵਾਸ ਓਨਲੀ ਐ ਮੈਡੀਓਕਰ ਸਟੂਡੈਂਟ ਐਂਡ देयर ਵਾਸ ਹਾਰਡਲੀ ਐਨੀਥਿੰਗ ਟੂ ਨੋਟ ਅਬਾਊਟ ਮਾਈ ਸਟੱਡੀਜ਼ ਹਾਂਜੀ ਇੱਥੇ ਉਹ ਕੀ ਕਹਿ ਰਿਹਾ ਮੈਂ ਸਿਰਫ ਇੱਕ ਸਧਾਰਨ ਵਿਦਿਆਰਥੀ ਸੀ ਇਸ ਲਈ ਮੇਰੀ ਪੜ੍ਹਾਈ ਦੇ ਬਾਰੇ ਵਿੱਚ ਕੋਈ ਧਿਆਨ ਦੇਣ ਯੋਗ ਵਾਲੀ ਕੋਈ ਖਾਸ ਗੱਲ ਨਹੀਂ ਸੀ ਫਰੋਮ ਥਿਸ ਸਕੂਲ ਆਈ ਵੈਂਟ ਟੂ ਅ ਮਿਡਲ ਸਕੂਲ ਐਂਡ ਫਰੋਮ देयर ਟੂ ਅ ਹਾਈ ਸਕੂਲ ਵਾਈ ਨਾਓ ਆਈ ਹੈਡ ਰੀਚਡ ਮਾਈ 12th ਈਅਰ ਹਾਂਜੀ ਹੁਣ ਉਹ ਕੀ ਗੱਲ ਕਰ ਰਹੇ ਨੇ ਕਹਿੰਦਾ ਇਸ ਸਕੂਲ ਵਿੱਚ ਪਹਿਲਾਂ ਮੇਰੀ ਪੜ੍ਹਾਈ ਹੋਈ ਫਿਰ ਮੈਂ ਮਿਡਲ ਚ ਗਿਆ ਫਿਰ ਮਿਡਲ ਤੋਂ ਬਾਅਦ ਕਿੱਥੇ ਗਿਆ ਹਾਈ ਸਕੂਲ ਚ ਗਿਆ ਤੇ ਜਦੋਂ ਤੱਕ ਮੈਂ 12 ਸਾਲਾਂ ਦਾ ਹੋ ਚੁੱਕਿਆ ਸੀ ਹਾਂਜੀ ਡਿਊਰਿੰਗ ਥਿਸ ਸ਼ਾਰਟ ਪੀਰੀਡ ਆਈ ਡੋਨਟ remember having ever told a lie to my teachers or my classmates if during on the duration kade is samay de dauran mainu ne yaad kade main jhooth bolya hove apne teachers nu ya apne jehde saathi ne school mates ne unhan nu i used to be very shy and avoided all company main aam taur te bahut sharmilla hoya karda si odo te har tarah di sangat ton bachda si ਉਵਰਡ ਕਰਦਾ ਸੀ ਦੂਰ ਰਹਿੰਦਾ ਸੀ ਮਾਈ ਬੁక్స్ ਐਂਡ ਮਾਈ ਲੈਸਨਸ ਬਾਰ ਮਾਈ ਸੋਲ ਕੰਪੈਨੀਅਨ ਕਿਤਾਬਾਂ ਤੇ ਮੇਰੇ ਜਿਹੜੇ ਪਾਠ ਉਹੀ ਮੇਰੇ ਇਕਲੌਤੇ ਸਾਥੀ ਸੀ ਟੂ ਬੀ ਐਟ ਸਕੂਲ ਐਟ ਦ ਸਟ੍ਰੋਕ ਆਫ ਦ ਆਂਡ ਟੂ ਰਨ ਬੈਕ ਹੋਮ ਐਸ ਸੂਨ ਐਸ ਦ ਸਕੂਲ ਕਲੋਜ਼ਡ ਥੈਟ ਵਾਸ ਮਾਈ ਡੇਲੀ ਹੈਬਿਟ ਹਾਂਜੀ ਹੁਣ ਇੱਥੇ ਐਟ ਦ ਸਟ੍ਰੋਕ ਆਫ ਦ ਆਰ ਇਹ ਆ ਜਿਹੜਾ ਬੇਟਾ ਇਹ ਈਡੀਅਮ ਵਰਤਿਆ ਗਿਆ ਇੱਥੇ ਇਹਦਾ ਮਤਲਬ ਹੁੰਦਾ ਐਨ ਐਡਜੈਕਟ ਟਾਈਮ ਤੇ ਠੀਕ ਆ ਹੁਣ ਇਸ ਸੈਂਟੈਂਸ ਦੇ ਦੇ ਸਾਰੇ ਦਾ ਕੀ ਮਤਲਬ ਬਣਿਆ ਸੀ ਸਮਝ ਲਈਏ ਉਹ ਕਹਿੰਦੇ ਜਦੋਂ ਹੀ ਬੈਲ ਵੱਜਦੀ ਸੀ ਠੀਕ ਆ ਸਕੂਲ ਦੀ ਬੈਲ ਵੱਜਣ ਅਨਸਾਰ ਘੰਟੀ ਵੱਜਣ ਅਨਸਾਰ ਮੈਂ ਕਿੱਥੇ ਪਹੁੰਚਦਾ ਸੀ ਸਕੂਲ ਪਹੁੰਚਦਾ ਸੀ ਸਹੀ ਸਮੇਂ ਤੇ ਜਿਉਂ ਹੀ ਸਕੂਲ ਬੰਦ ਹੋਣ ਦੀ ਘੰਟੀ ਵੱਜਦੀ ਸੀ ਮੈਂ ਸਿੱਧਾ ਘਰ ਨੂੰ ਆ ਜਾਂਦਾ ਸੀ ਇਹ ਹੀ ਮੇਰੀ ਰੋਜ਼ ਦੀ ਰੁਟੀਨ ਸੀ ਆਦਤ ਸੀ ਹਾਂਜੀ ਆਈ ਲਿਟਰਲੀ ਰਨ ਬੈਕ ਵਿਕਾਉਸ ਆਈ ਕੁਡ ਨਾਟ ਵੀਅ ਟੂ ਟਾਕ ਟੂ ਐਨੀਬਾਡੀ ਅਸਲ ਵਿੱਚ ਕਿਉਂ ਵਾਪਸ ਦੌੜਦਾ ਸੀ ਮੈਂ ਉਹ ਕਹਿੰਦਾ ਕਿਉਂਕਿ ਮੈਂ ਕਿਸੇ ਨਾਲ ਵੀ ਗੱਲ ਕਰਨਾ ਪਸੰਦ ਨਹੀਂ ਸੀ ਕਰਦਾ ਆਈ ਵਾਸ ਐਵਰ ਅਫਰੀਡ ਲੈਸਟ ਐਨੀਵਨ ਸ਼ੁੱਡ ਪੋਕ ਫਨ ਐਟ ਮੀ ਹਾਂਜੀ ਪੋਕ ਫਨ ਐਟ ਮੀ ਵੀ ਇਹ ਵੀ ਈਡੀਅਮਾ ਇਹਦਾ मीनिंग ਵੀ ਇੱਥੇ ਆ ਕਿਸੇ ਤੇ ਬਿਆੰਕ ਸਣਾ ਕਿਸੇ ਨੂੰ ਪਕਣੇ ਹਰਾਸ਼ ਕਰਨ ਲਈ ਟਾਰਚਰ ਕਰਨ ਲਈ ਹੈਨਾ ਉਹਨੂੰ ਉਹਦੇ ਤੇ ਹਾਸਾ ਮਜ਼ਾਕ ਬਣਾਉਣਾ ਹੁੰਦਾ ਹੈਨਾ ਸੋਹਣ ਆਜੋ ਇਹਦਾ ਕੀ ਮਤਲਬ ਆ ਉਹ ਕਹਿੰਦਾ ਮੈਂ ਡਰਦਾ ਸੀ ਆਈ ਵਾਸ ਈਵਨ ਅਫਰੇਡ ਮੈਨੂੰ ਡਰ ਸੀ ਮੈਂ ਮੈਂ ਡਰਦਾ ਸੀ ਇਸ ਗੱਲ ਤੋਂ ਕਿ ਮੇਰਾ ਕੋਈ ਮਜ਼ਾਕ ਨਾ ਡਾਵੀ ਠੀਕ ਅੱਗੇ ਥੇਅਰ ਇਜ਼ ਐਨ ਇਨਸੀਡੈਂਟ which occurred at the examination during my first year at the high school and which is worth recording haan ji kande hun oh ik ghatna di gall suna rahe ne high school da jadon mera pehla hi saal si oh de vich ik ghatna wapri examination de dauran jehdi ke record karan yogyaan dassan yog varnan karan yog hai so ki si oh ghatna mr giles the inspector of school had come on a visit ਆਫ ਇਨਸਪੈਕਸ਼ਨ ਜਿਹੜੇ ਮਿਸਟਰ ਗਾਈਡ ਸੀ ਸਕੂਲਾਂ ਦਾ ਨਿਰੀਖਣ ਕਰਨ ਵਾਲੇ ਜਿਹੜੇ ਇਨਸਪੈਕਟਰ ਸੀ ਉਹ ਸਕੂਲ ਦਾ ਨਿਰੀਖਣ ਕਰਨ ਆਏ ਸੀ ਉਹਨਾਂ ਦੇ ਦਾ ਹੀ ਹੈਡ ਸੈਟ ਅਸ ਫਾਈਵ ਵਰਡਸ ਟੂ ਰਾਈਟ ਐਜ਼ ਅ ਸਪੈਲਿੰਗ ਐਕਸਰਸਾਈਜ਼ ਉਹਨਾਂ ਨੇ ਸਾਨੂੰ ਪੰਜ ਸ਼ਬਦ ਲਿਖਣ ਨੂੰ ਦਿੱਤੇ ਠੀਕ ਉਹਨਾਂ ਦੇ ਸਪੈਲਿੰਗ ਦੀ ਐਕਸਰਸਾਈਜ਼ ਲਈ ਦੇਖੀਏ ਵੀ ਸਹੀ ਲਿਖਦੇ ਆ ਕਿ ਨਹੀਂ ਵਨ ਆਫ ਦਾ ਵਰਡ ਵਾਸ ਕੈਟਲ ਆਈ ਹੈਡ ਮਿਸਪੈਲਡ ਇਟ ਉਹਨਾਂ ਦੇ ਵਿੱਚ ਕਹਿੰਦੇ ਇੱਕ ਸ਼ਬਦ ਕੈਟਲ ਸੀ ਜਿਸ ਦਾ ਮੈਂ ਜਿਹੜਾ ਸ਼ਬਦ ਜੋੜ ਸੀ ਉਹ ਗਲਤ ਲਿਖਿਆ ਸੀ ਹਾਂਜੀ ਅੱਗੇ ਕੀ ਹੋਇਆ ਫਿਰ ਦੇਖੋ ਦਾ ਟੀਚਰ ਟ్రਾਈਡ ਟੂ ਪ੍ਰੋਂਪਟ ਮੀ ਵਿਦ ਦਾ ਪੁਆਇੰਟ ਆਫ ਹਿਸ ਬੂਟ ਵਟ ਆਈ ਵੁੱਡ ਨਾਟ ਬੀ ਪ੍ਰੋਂਪਟਡ ਹਾਂਜੀ ਬੇਟਾ ਇੱਥੇ ਵਰਡ ਆ ਗਿਆ ਪ੍ਰੋਂਪਟ ਪ੍ਰੋਂਪਟ ਮੈਨੇ ਹੁੰਦਾ ਅਕਸਾਉਣਾ ਕਹਿੰਦੇ ਟੀਚਰ ਨੇ ਆਪਣੇ ਪੈਰ ਦੇ ਉਹ ਦੇਖੋ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਕਿ ਉਹ ਪੈਰ ਦੇ ਨਾਲ ਨੂੰ ਪੁਆਇੰਟ ਆਊਟ ਕਰ ਰਿਹਾ ਉਕਸਾਰ ਇਹ ਹਾਂ ਠੀਕ ਹੈ ਟੀਚਰ ਪਰ ਉਹ ਕਹਿੰਦੇ ਮੈਂ ਟੀਚਰ ਨੇ ਤਾਂ ਮੈਨੂੰ ਬਹੁਤ ਕੋਸ਼ਿਸ਼ ਕੀਤੀ ਪ੍ਰੇਰਿਤ ਕਰਨ ਦੀ ਪਰ ਮੈਂ ਪ੍ਰੇਰਿਤ ਨਹੀਂ ਹੋਇਆ ਹਾਂਜੀ ਅੱਗੇ ਕੀ ਹੋਇਆ ਦੇਖੀਏ ਇਟ ਵਾਸ বিহੌਂਟ ਮੀ ਟੂ ਸੀ ਥੈਟ ਹੀ ਵਾਂਟਡ ਮੀ ਟੂ ਕਾਪੀ ਦ ਸਪੈਲਿੰਗ ਫਰੋਮ ਮਾਈ ਨੇਬਰਸ ਸਲੇਟ ਹਾਂਜੀ ਅੱਗੇ ਕੀ ਗੱਲ ਹੋ ਰਹੀ ਹੈ ਵੀ ਟੀਚਰ ਕੀ ਕਰਨ ਨੂੰ ਉਹ ਉਹ ਕਹਿ ਰਿਹਾ ਸੀ ਕਿ ਨਾ ਮੇਰੀ ਗੱਲ ਸਮਝ ਤੋ ਇਹ ਗੱਲ ਬਾਹਰ ਸੀ ਕਿ ਅਧਿਆਪਕ ਚਾਹੁੰਦਾ ਸੀ ਕਿ ਮੈਂ ਆਪਣੇ ਨਾਲ ਵਾਲੇ ਵਿਦਿਆਰਥੀ ਦੀ ਸਲੀਟ ਤੋਂ ਉਹ ਸ਼ਬਦ ਜੋੜ ਦੇ ਕੇ ਠੀਕ ਕਰ ਲਵਾਂ ਕਾਪੀ ਕਰਕੇ ਨਕਲ ਕਰਕੇ ਆਈ ਹੈਵ ਥੋਟ ਦੈਟ ਦ ਟੀਚਰ ਵਾਸ देयर ਟੂ ਸੁਪਰਵਾਈਜ਼ ਅਸ ਅਗੇਂਸਟ ਕਾਪੀਇੰਗ ਮੈਂ ਸਮਝਦਾ ਸੀ ਕਿ ਜਿਹੜਾ ਟੀਚਰ ਨੇ ਉੱਥੇ ਉਹ ਨਕਲ ਰੁਕਣ ਦੀ ਨਿਗਰਾਨੀ ਕਰ ਰਹੇ ਨਹੀਂ ਦਲ ਸੋਲਟ ਵਾਸ दैट ਆਲ ਦਾ ਬੁਆਇਸ ਐਕਸੈਪਟ ਮੀ ਵਰ ਫਾਊਂਡ ਟੂ ਹੈਵ ਸਪੈਲਟ ਏਵਰੀ ਵਰਡ ਕੋਰੈਕਟਲੀ ਕੇ ਅੰਦਰ ਨਤੀਜਾ ਇਹ ਹੋਇਆ ਕਿ ਜਿਹੜਾ ਮੈਂ ਤੋਂ ਇਲਾਵਾ ਸਾਰੇ ਲੜਕਿਆਂ ਦੇ ਸ਼ਬਦ ਜੋ ਸਹੀ ਸੀ ਓਨਲੀ ਆਈ ਹੈਡ ਬੀਨ ਸਟੂਪਿਡ ਕੇਵਲ ਮੈਂ ਹੀ ਇੱਕ ਮੂਰਖ ਸੀ ਉੱਥੇ ਆਈ ਕਾਉਂ ਨਾਓ ਲਰਨ ਦਾ ਆਰਟ ਆਫ ਕਾਪਿੰਗ ਮੈਂ ਕਦੇ ਵੀ ਨਕਲ ਕਰਨ ਦੀ ਕਲਾ ਨਾ ਸਿੱਖ ਸਕਿਆ ਹਾਂਜੀ ਨੈਕਸਟ ਸਟੈਂਜਾ we are the incident did not in the list diminish a word that means a low hona ya ja kat hona my respect for my teachers kende katna par mere mann choh mere teacheran da jehda satkaar si onu ghata nahi saki anybody ho who highly placed or ho soa who wise can at time be tempted to go wrong kende koi bhi banda kisi bhi bade uche audhe te a ਕਿੰਨੇ ਹੀ ਸਿਆਣਾ ਉਹ ਕਿਸੇ ਵੀ ਸਮੇਂ ਕੁਝ ਗਲਤ ਕਰ ਸਕਦਾ ਹੈ ਟੂ ਹਰ ਇਸ ਹਿਊਮਨ ਕਿਉਂਕਿ ਮਨੁੱਖ ਗਲਤੀਆਂ ਦਾ ਪੁੱਤਲਾ ਆਈ ਵਾਸ ਬਾਇ ਨੇਚਰ ਬਲਾਈਂਡ ਟੂ ਦਾ ਪਾਲਸ ਆਫ ਐਲਡਰਸ ਕਹਿੰਦਾ ਮੈਂ ਸਵੇਰ ਤੋਂ ਹੀ ਵੱਡਿਆਂ ਦੇ ਨੁਕਸਾਂ ਨੂੰ ਅਣਦੇਖਾ ਕਰਨਾ ਸਿੱਖਿਆ ਹੋਇਆ ਸੀ ਆਈ ਹੈਵ ਲਰਨ ਟੂ ਕੈਰੀ ਆਊਟ ਦਾ ਆਰਡਰਸ ਆਫ ਐਲਡਰਸ ਨਾਟ ਟੂ ਸਕੈਨ ਥੇਅਰ ਐਕਸ਼ਨਸ ਕਹਿੰਦੇ ਮੈਂ ਵੱਡਿਆਂ ਦੇ ਜਿਹੜਾ ਹੁਕਮ ਮੰਨਣਾ ਸਿੱਖਿਆ ਸੀ ਉਹਨਾਂ ਦੇ ਜਿਹੜੇ ਕਮਾਂ ਦਾ ਐਕਸ਼ਨ ਸੀਨਸ ਕੰਮ ਹੋ ਗਿਆ ਇੱਥੇ ਉਹਨਾਂ ਦੀ ਛਾਣਬੀਣ ਕਰਨਾ ਨਹੀਂ ਸਿੱਖਿਆ ਟੂ ਅਦਰ ਇਨਸੀਡੈਂਟਸ ਆਫ ਦ ਸੇਮ ਪੀਰੀਓਡ ਹਾਲ ਆਲਵੇਸ ਕਲੰ ਟੂ ਮਾਈ ਮੈਮਰੀ ਇੱਥੇ ਵਰਡ ਬੇਟਾ ਜਿਹੜਾ ਖਲੰਗ ਆਇਆ ਕਲਿੰਗ ਸੀ ਐਲ ਆਈ ਐਨ ਜੀ ਦੀ ਸੈਕੰਡ ਫਾਰਮ ਆ ਜਿਹਦੇ ਮੀਨਸ ਨਾ ਚਿਪਕਣਾ ਜਾਂ ਲਿਪਟਣਾ ਠੀਕ ਆ ਕਹਿੰਦਾ ਇਸੇ ਸਮੇਂ ਦੇ ਦੌਰਾਨ ਦੋ ਹੋਰ ਘਟਨਾਵਾਂ ਨੇ ਜਿਹੜੀਆਂ ਮੇਰੇ ਮਨ ਤੇ ਮੇਰੀ ਯਾਦਸ਼ਤ ਤੇ ਚਿਪਕੀਆਂ ਹੋਈਆਂ ਨੇ ਲਿਪਟੀਆਂ ਹੋਈਆਂ ਨੇ ਮੇਰੀ ਯਾਦਸ਼ਤ ਨਾਲ i now had any taste of reading beyond my school books kade main nu kade vi eh shauk hi nahi reha ki main apni school diyan kitabaan to ilawa kujh hor padha kade padhya interest hi nahi kita howe now i just liked when taken to task why my teacher as much as i disliked receiving him kade mainu nahi si pasand vi ohna ditta hoya teacher da ditta hoya kaam na karam main ਜਾ ਮੈਨੂੰ ਉਹ ਨਹੀਂ ਨਾ ਪਸੰਦ ਸੀ ਟੀਚਰ ਨੂੰ ਧੋਖਾ ਦੇਣਾ ਮੈਂ ਟੀਚਰ ਨੂੰ ਨਾ ਧੋਖਾ ਦੇਣਾ ਪਸੰਦ ਕਰਦਾ ਸੀ ਨਾ ਇਹ ਪਸੰਦ ਕਰਦਾ ਸੀ ਕਿ ਜੇ ਟੀਚਰ ਨੇ ਕੰਮ ਦਿੱਤਾ ਉਹ ਮੈਂ ਨਾ ਕਰਾਂ ਦੇਰਫੋਰ ਦਾ ਡੇਲੀ ਲੈਸਨ ਹੈਡ ਟੂ ਬੀ ਡਨ ਵਾਟ ਆਫਟਨ ਵਿਦਆਊਟ ਮਾਈ ਮਾਈਂਡ ਇਨ ਥੈਮ ਇਸ ਲਈ ਕਹਿੰਦਾ ਮੈਂ ਜਿਹੜੇ ਰੋਜ਼ ਦਾ ਕੰਮ ਮਿਲਦਾ ਸੀ ਡੇਲੀ ਦਾ ਉਹ ਕਰਦਾ ਤਾਂ ਸੀ ਪਰ ਮੇਰਾ ਮਨ ਨਹੀਂ ਸੀ ਉੱਥੇ ਹੁੰਦਾ ਕਦੇ ਦਸ देयर वाज ਆਫ ਕੋਰਸ ਨੋ ਕੁਐਸਚਨ ਆਫ ਐਨੀ ਐਕਸਟਰੀਡਿੰਗ ਸੋ ਇਸ ਲਈ ਕਹਿੰਦਾ ਕੋਈ ਪ੍ਰਸ਼ਨ ਹੀ ਨਹੀਂ ਸੀ ਉੱਠਦਾ ਕਿ ਮੈਂ ਹੋਰ ਕੁਝ ਵਾਧੂ ਪੜਦਾ ਹੋਵਾਂ ਐਕਸਟਰਾ ਰੀਡਿੰਗ ਵਾਧੂ ਪੜਨਾ ਹਨਾ ਇਹ ਵਨ ਲੈਸਨਸ ਕੁਡ ਨਾਟ ਬੀ ਡਨ ਪ੍ਰੋਪਰਲੀ ਇੱਥੋਂ ਤੱਕ ਕਿ ਮੈਂ ਤਾਂ ਪਾਠ ਵੀ ਚੰਗੀ ਤਰ੍ਹਾਂ ਤਿਆਰ ਨਹੀਂ ਸੀ ਕਰਦਾ ਬਟ ਸਮ ਹਾਉ ਮਾਈ ਆਈਜ਼ ਫੈਲ ਔਨ ਅ ਬੁੱਕ ਦੈਟ ਮਾਈ ਫਾਦਰ ਹੈਡ ਬਾਊਟ ਪਰ ਕਿਸੇ ਤਰੀਕੇ ਨਾਲ ਕਹਿੰਦਾ ਮੇਰੀ ਨਜ਼ਰ ਇੱਕ ਕਿਤਾਬ ਤੇ ਪੈ ਗਈ ਜਿਹੜੀ ਮੇਰੇ ਪਿਤਾ ਜੀ ਖਰੀਦ ਕੇ ਲਿਆਏ ਸੀ ਹਾਂ ਜੀ ਉਹਨੂੰ ਕਿਹੜੀ ਕਿਤਾਬ ਸੀ ਇਟ ਵਾਸ ਸ਼ਰਵਨ ਪਿਤਰਾ ਭਗਤੀ ਨਾਟਕ ਅ ਪਲੇ ਅਬਾਊਟ ਸਰਵਨਸ ਡਿਵੋਸ਼ਨ ਟੂ ਹਿਸ ਪੈਰੈਂਟਸ ਕਹਿੰਦੇ ਇਸ ਦਾ ਬੁੱਕ ਦਾ ਨਾਮ ਸੀਗਾ ਸ਼ਰਵਨ ਦੀ ਪਿਤਰਾ ਭਗਤੀ ਨਾਟਕ ਇਹ ਸ਼ਰਵਨ ਦੀ ਆਪਣੇ ਮਾਤਾ ਪਿਤਾ ਪ੍ਰਤੀ ਸ਼ਰਦਾ ਨੂੰ ਡਿਵੋਸ਼ਨ ਦਾ ਸਰਦਾ ਨੂੰ ਪ੍ਰੈਜ਼ੈਂਟ ਕਰਦਾ ਸੀ ਆਈ ਰੀਡ ਇਟ ਵਿਦ ਡੀਪ ਇੰਟਰਸਟ ਮੈਨੂੰ ਬੜੀ ਡੂੰਗੀ ਦਿਲਚਸਪੀ ਨਾਲ ਪੜਿਆ ਅਬਾਊਟ ਦ ਸੇਮ ਟਾਈਮ देयर ਕੇਮ ਟੂ आवर ਪਲੇਸ ਅ ਗਰੁੱਪ ਆਫ ਇਨ ई टी न रेंट बर्ड ए बॉर्डर एदा मीन्संदा कुमकड़ ठीक है दा दा पहला assi e bolange fir t n rent ठीक है एदा मीन्स कुमकड़ बाउंडरिंग रोमिंग के लिए इस समय दे दौरान साडे उथे कुछ प्रदर्शन कुमकड़ प्रदर्शकंदा इक दल आया ਜਿਵੇਂ ਲੋਕ ਨਾਟਕ ਮੰਡਲੀਆਂ ਨਾਟਕ ਕਰਦੀਆਂ ਹੁੰਦੀਆਂ ਪਿੰਡਾਂ 'ਚ ਠੀਕ ਆ ਵਨ ਆਫ ਦਾ ਪਿਕਚਰਸ ਦੇ ਸ਼ੋਅਡ ਵਾਸ ਆਫ ਸ਼ਵਨਾ ਕੈਰੀਂਗ ਹਿਸ ਬਲਾਈਂਡ ਪੇਰੈਂਟਸ ਔਨ ਅ ਪਿਲਗ੍ਰੀਮੇਜ ਕਿਉਂਕਿ ਉਹਨਾਂ ਨੇ ਜਿਹੜੀ ਇੱਕ ਪਿਕਚਰਾਂ ਦਿਖਾਈਆਂ ਉਹਦੇ ਵਿੱਚ ਇੱਕ ਪਿਕਚਰ ਸੀ ਸ਼ਵਨ ਦੀ ਜਿਹੜਾ ਆਪਣੇ ਅੰਨੇ ਮਾਤਾ ਪਿਤਾ ਨੂੰ ਤੀਰਥ ਯਾਤਰਾ ਤੇ ਲੈ ਕੇ ਜਾ ਰਿਹਾ ਹੀ ਕੈਰੀਡ ਥੈਮ ਔਨ ਹਿਸ ਸ਼ੋਲਡਰਸ ਵਾਈ ਮੀਨਸ ਆਫ ਸਲਿੰਗ ਸਲਿੰਗਸ ਹੁੰਦੀਆਂ ਨੇ ਰੱਸੀ ਸਲਿੰਗ ਰੱਸੀ ਸਲਿੰਗਸ ਰस्सियां ਉਹਨੇ ਉਹਨੂੰ ਰस्सियां ਦੇ ਸਹਾਰੇ ਨਾਲ ਆਪਣੇ ਮੋਢਿਆਂ ਤੇ ਚੁੱਕਿਆ ਹੋਇਆ ਸੀ ਇਹ ਉਹਨੂੰ ਤੁਸੀਂ ਆ ਪਿਕਚਰ ਦੇ ਵਿੱਚ ਦੇਖ ਰਹੇ ਹੋ ਆ ਰੱਸੀ ਦੇ ਨਾਲ ਛਾਬਾ ਬੰਨ ਕੇ ਬੰਘੇ ਬਣਾਈ ਹੋਈ ਹੈ ਦੋਨਾਂ ਸਾਈਡਾਂ ਤੇ ਦਾ ਬੁੱਕ ਐਂਡ ਦਾ ਪਿਕਚਰ ਡੀਪਲੀ ਟੱਚਡ ਮਾਈ ਹਾਰਟ ਉਸ ਕਿਤਾਬ ਨੇ ਤੇ ਉਸ ਸ਼ਵਨ ਦੀ ਪਿਕਚਰ ਨੇ ਦੋਨਾਂ ਨੇ ਮੇਰੇ ਦਿਲ ਨੂੰ ਬਹੁਤ ਡੂੰਘਾ ਛੋਇਆ ਹੇਅਰ ਇਜ਼ ਐਨ ਐਗਜ਼ਾਮਪਲ ਫਾਰ ਯੂ ਟੂ ਕਾਪੀ ਆਈ ਸੈਡ ਟੂ ਮਾਈ self ਕਹਿੰਨੇ ਮੈਂ ਆਈ ਸੈਲਫ ਆਪਣੇ ਆਪ ਨੂੰ ਮੈਂ ਆਪਣੇ ਆਪ ਨੂੰ ਕਿਹਾ ਇੱਥੇ ਇਹ ਉਦਾਹਰਨ ਜਿਹਦੀ ਤੁਹਾਨੂੰ ਨਕਲ ਕਰਨ ਦੀ ਜ਼ਰੂਰਤ ਹੈ ਦਾ ਪੇਨਫੁਲ ਲੇਮੈਂਟ ਲੇਮੈਂਟ ਹੁੰਦਾ ਪੁੱਤ ਬਿਰਲਾਪ ਰੋਣਾ ਕਰਲਾਉਣਾ ਹਨਾ ਆਫ ਦਾ ਫੇਰੈਂਸ ਓਵਰ ਸਬਨਸ ਡੈਥ ਇਜ਼ ਸਟਿਲ ਫਰੈਸ਼ ਇਨ ਮਾਈ ਮੈਮਰੀ ਜਿਸ ਸ਼ਰਬਨ ਦੀ ਮੌਤ ਹੁੰਦੀ ਹੈ ਉਹਦੇ ਮਾਤਾ ਪਿਤਾ ਦਾ ਜਿਹੜਾ ਬਿਰਲਾਪ ਸੀ ਉਹ ਹਜੇ ਵੀ ਕਹਿੰਦੇ ਮੇਰੀ ਯਾਦਦਾਸ਼ਤ ਦੇ ਵਿੱਚ ਤਾਜ਼ਾ ਪਿਆ ਦਾ ਮੈਲਟਿੰਗ ਟੋਨ ਟੱਚਡ ਮੀ ਡੀਪਲੀ ਉਹਨਾਂ ਦੀ ਦਿਲ ਨੂੰ ਪਿਘਲਾ ਦੇਣ ਵਾਲੀ ਜਿਹੜੀ ਟੋਨ ਸੀ ਆਵਾਜ਼ ਸੀ ਉਹਨੇ ਮੈਨੂੰ ਬਹੁਤ ਡੂੰਘਾ ਬਹੁਤ ਕਹਾ ਕੇ ਟੱਚ ਕੀਤਾ ਡੀਪਲੀ ਏ ਆਈ ਪਲੇਡ ਇਟ ਔਨ ਏ ਹੈਗਾ ਇੱਕ ਸਾਜ਼ ਦਾ ਨਾਮ ਕੰਸਨਟਰੀਨਾ ਮਾਈ ਫਾਦਰ ਹੈਡ ਬਾਟ ਫੋਰ ਮੀ ਇਹ ਕਹਿੰਦਾ ਮੈਂ ਉਸ ਸਾਜ਼ ਤੇ ਬਜਾਇਆ ਜਿਹੜਾ ਮੇਰੇ ਪਿਤਾ ਜੀ ਮੇਰੇ ਲਈ ਖਰੀਦ ਕੇ ਲੈ ਕੇ ਆਏ ਸੀ i remember a similar incident connected with an other play ਇੱਕ ਇਦਾਂ ਦਾ ਹੀ ਹੋਰ ਮੈਨੂੰ ਇੱਕ ਘਟਨਾ ਯਾਦ ਆਉਂਦੀ ਆ ਜਿਹੜੀ ਇੱਕ ਹੋਰ ਪਲੇ ਦੇ ਨਾਲ ਸੰਬੰਧਿਤ ਆ ਹੋਰ ਨਾਟਕ ਦੇ ਨਾਲ ਸੰਬੰਧਿਤ ਆ ਜਸਟ ਅਬਾਊਟ ਥਿਸ ਟਾਈਮ ਆਈ ਹੈਡ ਗਾਟ ਮਾਈ ਫਾਦਰਸ ਪਰਮਿਸ਼ਨ ਟੂ ਸੀ ਦਾ ਪਲੇ ਨੇਮਡ ਹਰਿਸ਼ ਚੰਦਰਾ ਇਸੇ ਸਮੇਂ ਦੇ ਦੌਰਾਨ ਕਹਿੰਦੇ ਮੈਂ ਆਪਣੇ ਪਿਤਾ ਜੀ ਤੋਂ ਇਜਾਜ਼ਤ ਲੈ ਕੇ ਇੱਕ ਨਾਟਕ ਦੇਖਣ ਗਿਆ ਉਹਦਾ ਨਾਮ ਸੀ ਹਰਿਸ਼ ਚੰਦਰਾ ਇਟ ਵਾਸ ਪਰਫਾਰਮਡ ਬਾਈ ਆ ਸਰਟਨ ਡਰਾਮੈਟਿਕ ਕੰਪਨੀ ਉਹ ਕਿਹਦੇ ਦੁਆਰਾ ਪਰਫਾਰਮ ਕੀਤਾ ਗਿਆ ਇੱਕ ਡਰਾਮੈਟਿਕ ਕੰਪਨੀ ਡਰਾਮਾ ਵਾਲੀ ਕੰਪਨੀ ਦੇ ਦੁਆਰਾ ਪੇਸ਼ ਕੀਤਾ ਗਿਆ ਥਿਸ ਪਲੇ ਕੈਪਚਰ ਮਾਈ ਹਾਰਟ ਐਂਡ ਆਈ ਕੁਡ ਨਾਟ ਵੋ ਬੀ ਟਾਇਰਡ ਆਫ ਸੀਇੰਗ ਇਟ ਇਸ ਜਿਹੜਾ ਨਾਟਕ ਸੀ ਉਹਨੇ ਮੇਰਾ ਦਿਲ ਦਿਮਾਗ ਤੇ ਛਾ ਗਿਆ ਕੈਪਚਰ ਕਰ ਲੈਣਾ ਪਕੜ ਲੈਣਾ ਛਾ ਗਿਆ ਮੇਰੇ ਦਿਲ ਦਿਮਾਗ ਤੇ ਤੇ ਮੈਂ ਉਹਨੂੰ ਦੇਖਦਾ ਥੱਕਦਾ ਹੀ ਨਹੀਂ ਸੀ but how often could i be ਪਰਮਿਟਡ ਟੂ ਗੋ ਮੁਕਿੰਨੀ ਵਾਰ ਇਜਾਜ਼ਤ ਲੈ ਕੇ ਉਹਨੂੰ ਦੇਖਣ ਗਿਆ ਇਟ ਹਾਂਟਡ ਮੀ ਡੇ ਐਂਡ ਨਾਈਟ ਆਈ ਮਸਟ ਹੈਵ ਐਕਟਡ ਹਰੀਸ਼ਚੰਦਰਾ ਟੂ ਮਾਈ ਸੈਲਫ ਟਾਈਮਸ ਵਿਦਆਊਟ ਨੰਬਰ ਕਹਿੰਦੇ ਮੈਂ ਉਹਨੂੰ ਹਮੇਸ਼ਾ ਐਕਟਿੰਗ ਤਾਂ ਹੁਣ ਤੁਸੀਂ ਸਮਝਦੇ ਹੋ ਕੀ ਹੈ ਹਨਾ ਵੀ ਹਰੀਸ਼ਚੰਦਰਾ ਦੀ ਐਕਟਿੰਗ ਕਰਦਾ ਸੀ ਆਪਣੇ ਆਪ ਚ ਕਿੰਨੀ ਕੁ ਵਾਰ ਉਹਦਾ ਵਹਿਨੇ ਕੀਤਾ ਮੈਨੂੰ ਖੁਦ ਨੂੰ ਯਾਦ ਨਹੀਂ ਆਈ ਆਸਕ ਮਾਈ ਸੈਲਫ ਡੇ ਐਂਡ ਨਾਈਟ ਮੈਂ ਹਰ ਦਿਨ ਰਾਤ ਆਪਣੇ ਆਪ ਨੂੰ ਪੁੱਛਦਾ ਰਹਿੰਦਾ ਵਾਈ ਸ਼ੁੱਡ ਨਾਟ ਆਲ ਦਾ ਆਲ ਬੀ ਟਰੂਥਫੁਲ ਲਾਈਕ ਹਰਿਸ਼ਚੰਦਰ ਕਿ ਅਸੀਂ ਸਾਰੇ ਰਾਜਾ ਹਰਿਸ਼ਚੰਦਰ ਵਾਂਗ ਸੱਤਿਆਵਾਦੀ ਕਿਉਂ ਨਹੀਂ ਬਣ ਸਕਦੇ ਆਈ ਲਿਟਰਲੀ ਬਲੀਵਡ ਇਨ ਦਾ ਸਟੋਰੀ ਆਫ ਹਰਿਸ਼ਚੰਦਰ ਮੈਂ ਹਰਿਸ਼ਚੰਦਰ ਦੀ ਕਹਾਣੀ ਦੇ ਅੱਖਰ ਅੱਖਰ ਨਾਲ ਸਹਿਮਤ ਸੀ ਉਹ ਤੇ ਵਿਸ਼ਵਾਸ ਕਰਦਾ ਸੀ the thought of it often made me weep us bare vichar karke soch ke mainu aksar rona aa janda si it inspired me me one idol the follow to follow the truth and to go through all the ordinal ordeals a r e ਵਿੱਚ ਸਾਇਲੈਂਟ ਆ ਆਡੀਅਲਸ ਬੋਲਾਂਗੇ ਆਡੀਅਲ ਠੀਕ ਕਹਿੰਦੇ ਇਹ ਨੇ ਮੈਨੂੰ ਇੱਕ ਆਈਡੀਆ ਦਿੱਤਾ ਮੈਨੂੰ ਇਨਸਪਾਇਰ ਕੀਤਾ ਪ੍ਰੇਰਿਤ ਕੀਤਾ ਕਿ ਸਾਨੂੰ ਸੱਚ ਬੋਲਣਾ ਚਾਹੀਦਾ ਰਾਜਾ ਹਰੀਸ਼ਚੰਦਰ ਵਾਂਗ ਚਾਹੇ ਜਿੰਨੀਆਂ ਮਰਜ਼ੀ ਕਠਿਨਾਈਆਂ ਆ ਜਾਣ ਸਾਨੂੰ ਜਿੰਨੀਆਂ ਮਰਜ਼ੀ ਕਠਿਨਾਈਆਂ ਦੇ ਵਿੱਚ ਦੀ ਗੁਜ਼ਰਨਾ ਪਵੇ ਬੋਥ ਹਰੀਚੰਦਰ ਐਂਡ ਸ਼ਬਨਾ ਆਰ ਲਿਵਿੰਗ ਰਿਐਲਿਟੀਜ਼ ਫੋਰ ਮੀ ਦੋਨੇ ਰਾਜਾ ਹਰੀਚੰਦ ਤੇ ਸ਼ਬਨਾ ਮੇਰੇ ਲਈ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਸਨ ਆਈ ਐਮ ਸ਼ੋਰ ਆਈ ਸ਼ੁੱਡ ਬੀ ਮੂਵਡ ਐਜ਼ ਬਿਫੋਰ ਇਫ ਆਈ ਵਰ ਟੂ ਰੀਡ ਦੋਜ਼ ਪਲੇਸ ਅਗੇਨ ਟੂਡੇ ਕਹਿੰਦਾ ਮੈਨੂੰ ਪੂਰਾ ਯਕੀਨ ਆ ਮੈਨੂੰ ਵਿਸ਼ਵਾਸ ਆ ਕਿ ਅੱਜ ਵੀ ਮੈਂ ਉਹਨੂੰ ਉਨੀ ਉਤਸੁਕਤਾ ਨਾਲ ਪੜਾਂਗਾ ਉਨਾ ਹੀ ਉਹ ਮੈਨੂੰ ਅੱਜ ਵੀ ਪ੍ਰਭਾਵਿਤ ਕਰਨਗੇ ਦੋਨੋਂ ਬੁੱਕਸ ਨਾਟਕ ਜਿੰਨਾ ਮੈਨੂੰ ਉਸ ਵਕਤ ਪ੍ਰਭਾਵਿਤ ਕੀਤਾ ਸੀ ਸੋ ਇਹ ਤੁਹਾਡਾ ਲੈਸਨ ਸੀ ਬੇਟਾ ਥੈਂਕਸ ਫॉर ਵਾਚਿੰਗ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਦਾ ਚੈਨਲ ਵਾਚ ਨੈਕਸਟ ਵੀਡੀਓ ਫॉर ਬੁੱਕ ਐਕਸਰਸਾਈਜ਼ ਡੋਟ ਮਿਸ ਇਟ ਬਾਏ ਫॉर ਨਾਓ